ਆਪਾਂ ਗੱਲ ਕਰਾਂਗੇ 1984 ਦੇ ਇੱਕ ਦ੍ਰਿਸ਼ ਦੀ, ਜਦੋਂ ਹਮਲੇ ਤੋਂ ਬਾਅਦ ਇੰਦਰਾ ਗਾਂਧੀ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈ ਸੀ। ਸੋ ਜਿਸ ਨੇ ਇਹ ਆਰਡਰ ਦਿੱਤੇ ਸੀ, ਕਮਾਂਡ ਦਿੱਤੀ ਸੀ, ਉਹੀ ਇਸ ਮੌਕੇ ਤੇ ਆਈ, ਕਿਉਂਕਿ ਉਹ ਉਸ ਵਕਤ ਦੇਸ਼ ਦੀ ਪ੍ਰਧਾਨ ਮੰਤਰੀ ਸੀ ਤੇ ਉਹ ਮੌਕਾ ਦੇਖਣ ਲਈ ਆਈ ਸੀ। 23 ਜੂਨ ਵਾਲੇ ਦਿਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਹਿੱਤ ਜਦੋਂ ਆਈ ਤਾਂ ਉਹਨਾਂ ਨਾਲ ਹੋਰ ਲੋਕ ਵੀ ਦਰਸ਼ਨ ਕਰਨ ਆਏ ਸੀ ਤੇ ਗਿਆਨੀ ਕਿਰਪਾਲ ਸਿੰਘ ਜੀ ਦੇ ਅਨੁਸਾਰ 4 ਸਿੰਘ ਸਾਹਿਬਾਨਾਂ ਨੇ ਸ੍ਰੀ ਦਰਬਾਰ ਸਾਹਿਬ ਉੱਪਰ ਫੌਜੀ ਹਮਲਾ ਕਰਵਾਉਣ ਵਾਲੀ ਪ੍ਰਧਾਨ ਮੰਤਰੀ ਦਾ ਮੁਕੰਮਲ ਬਾਈਕਾਟ ਕਰਨ ਦਾ ਫੈਸਲਾ ਕੀਤਾ ਸੀ। ਪਰ ਫਿਰ ਉਹਨਾਂ ਨੂੰ ਕੁਝ ਅਧਿਕਾਰੀਆਂ ਨੇ ਇਹ ਸਲਾਹ ਦਿੱਤੀ ਕਿ ਤੁਸੀਂ ਇੰਦਰਾ ਗਾਂਧੀ ਨੂੰ ਫੌਜੀ ਹਮਲੇ ਸਮੇਂ ਹੋਏ ਇਹ ਜ਼ੁਲਮ ਦੀ ਦਾਸਤਾਨ ਖੁੱਲ੍ਹ ਕੇ ਸੁਣਾਓ ਤੇ ਹੋਈ ਤਬਾਹੀ ਤੇ ਬਰਬਾਦੀ ਵਿਖਾਓ ਤੇ ਇਸ ਕਰਕੇ ਉਹਨਾਂ ਨੇ ਇੰਦਰਾ ਗਾਂਧੀ ਦੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਬਾਹਰ ਆਉਣ ਸਮੇਂ ਬਾਹਰ ਨਾਲ ਆ ਕੇ ਪਹਿਲਾਂ CRP ਅਤੇ ਫਿਰ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਵਿੱਚ ਲੱਗੀਆਂ ਗੋਲੀਆਂ ਦੇ ਨਿਸ਼ਾਨ ਵਿਖਾਏ ਤੇ ਫਿਰ ਪੁਲ ਤੇ ਖੜੇ ਹੋ ਕੇ ਦਰਸ਼ਨੀ ਡਿਊਟੀ ਚ ਗੋਲਿਆਂ ਨਾਲ ਹੋਏ ਮਗੂਰੇ ਦਿਖਾਏ ਤੇ ਕਿਹਾ ਕਿ ਖੱਬੇ ਹੱਥ ਉੱਪਰਲੇ ਕਮਰੇ ਚ ਸ੍ਰੀ ਦਰਬਾਰ ਸਾਹਿਬ ਦਾ ਤੋਸ਼ਾਖਾਨਾ ਹੈ ਤੇ ਹੇਠਲੇ ਕਮਰੇ ਚ ਸੋਨੇ ਚਾਂਦੀ ਦੀਆਂ 2 ਪਾਲਕੀਆਂ, ਦਰਬਾਰ ਸਾਹਿਬ ਦੀਆਂ ਚਾਦਰਾਂ, ਗਲੀਚੇ, ਰੁਮਾਲੇ, ਚਾਨਣੀਆਂ, ਚੌਰ ਤੇ ਹੋਰ ਸਮਾਨ ਦਾ ਸਟੋਰ ਸੀ ਜੋ ਸਾਰਾ ਸਾੜ ਕੇ ਸਵਾਹ ਕਰ ਦਿੱਤਾ ਗਿਆ ਤੇ ਸੱਜੇ ਹੱਥ ਹੇਠਲੇ ਕਮਰੇ ਚ ਹੈੱਡ ਗ੍ਰੰਥੀ ਸਾਹਿਬ ਦਾ ਦਫ਼ਤਰ ਤੇ ਉੱਪਰ ਖਜ਼ਾਨਾ ਹੈ। ਇਹਨਾਂ ਕਮਰਿਆਂ ਚ ਤਾਂ ਕੋਈ ਵੀ ਨਹੀਂ ਸੀ, ਇਹਨਾਂ ਚ ਟੈਂਕ ਤੇ ਤੋਪਾਂ ਦੇ ਕੂੜੇ ਮਾਰ ਕੇ ਇਹਨਾਂ ਨੂੰ ਫੌਜ ਨੇ ਕਿਉਂ ਤਬਾਹ ਕੀਤਾ ਤੇ ਜਦੋਂ ਸਿੰਘ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਦੀ ਹੋਈ ਤਬਾਹੀ ਦਿਖਾਈ, ਗੁੰਬਦ ਦੇ ਸੋਨੇ ਚੜੇ ਪੱਤਰੇ ਉਖੜੇ ਤੇ ਡਿੱਗੇ ਹੋਏ ਵਿਖਾਏ, ਸਾਹਮਣੇ ਸਾਰੀਆਂ ਮੰਜ਼ਿਲਾਂ ਦੇ ਬੂਹੇ, ਬਾਰੀਆਂ ਤੇ ਛੱਜੇ ਟੁੱਟੇ ਭੱਜੇ ਦਿਖਾਏ, ਪਹਿਲੀ ਮੰਜ਼ਿਲ ਦੀ ਸੁਨਹਿਰੀ ਪਾਲਕੀ, ਰੁਮਾਲੇ ਤੇ ਸ਼ਾਸਤਰਾਂ ਬਾਰੇ ਵੇਰਵੇ ਸਹਿਤ ਦੱਸਿਆ ਤਾਂ ਇੰਦਰਾ ਗਾਂਧੀ ਨੇ ਇਹ ਕਿਹਾ ਕਿ ਬਾਹਾਂ ਤੋਂ ਖਾੜਕੂ ਛਿਪੇ ਹੋਏ ਥੇ, ਉਹਨੇ ਵਹਾਂ ਕਿਲਾ ਬਣਾ ਲਿਆ ਥਾ। ਤਾਂ ਇਹ ਸੁਣ ਕੇ ਸਿੰਘ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਬਾਕੀ ਗੁਰਦੁਆਰਿਆਂ ਵਿੱਚ ਤਾਂ ਖਾੜਕੂ ਨਹੀਂ ਸੀ, ਉੱਥੇ ਫੌਜੀ ਹਮਲਾ ਕਿਉਂ ਕੀਤਾ ਤੇ ਹੋਰ ਦੱਸਿਆ ਕਿ ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਨਾਨਕ ਨਵਾਜ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਕੰਪਲੈਕਸ ਉੱਪਰ ਪੂਰਾ ਕਬਜ਼ਾ ਕਰਨ ਤੋਂ ਬਾਅਦ 1 ਜੂਨ ਨੂੰ ਜਾਣ ਬੁੱਝ ਕੇ ਅੱਗ ਲਾ ਕੇ ਸਾੜਿਆ ਗਿਆ ਤੇ ਇੱਥੇ ਬਹੁਤ ਹੀ ਕੀਮਤੀ ਰਿਕਾਰਡ ਤੇ ਲਾਇਬ੍ਰੇਰੀ ਚ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਤੇ ਹੋਰ ਦੁਰਲੱਭ ਖਰੜੇ ਤੇ ਹੁਕਮਨਾਮੇ ਸੀ ਜੋ ਹੁਣ ਕਰੋੜਾਂ ਰੁਪਏ ਵਿੱਚ ਵੀ ਨਹੀਂ ਮਿਲ ਸਕਦੇ ਤੇ ਇਹ ਸਿੱਖ ਕੌਮ ਦਾ ਮਹਾਨ ਕੀਮਤੀ ਵਿਰਸਾ ਸੜ ਕੇ ਸਵਾਹ ਹੋਇਆ ਹੈ ਤੇ ਕਿਸੇ ਸਮੇਂ ਵਿਦੇਸ਼ੀ ਗੋਰਿਆਂ, ਖਿਲਜੀਆਂ, ਪਠਾਣਾਂ ਤੇ ਮੁਗਲਾਂ ਨੇ ਭਾਰਤ ਦੀਆਂ ਲਾਇਬ੍ਰੇਰੀਆਂ ਸਾੜੀਆਂ ਸੀ, ਪਰ ਇਹ ਸਾਡੀ ਆਪਣੀ ਆਜ਼ਾਦ ਦੇਸ਼ ਭਾਰਤ ਦੀ ਸਰਕਾਰ ਦੇ ਫੌਜੀਆਂ ਨੇ ਤੁਹਾਡੇ ਹੁਕਮ ਨਾਲ ਸਭ ਕੁਝ ਸਾੜ ਕੇ ਸਦਾ ਲਈ ਕਲੰਕ ਖੱਟ ਲਿਆ ਹੈ। ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਾਇਆ ਗਿਆ। ਸੋ ਉਸ ਸਮੇਂ ਇਹ ਵੀ ਪਤਾ ਲੱਗਿਆ ਕਿ ਕੁਝ ਗੱਲਾਂ ਦੇ ਆਰਡਰ ਦਿੱਤੇ ਹੀ ਨਹੀਂ ਸੀ ਤੇ ਕੁਝ ਗੱਲਾਂ ਉਸ ਤੱਕ ਪਹੁੰਚੀਆਂ ਵੀ ਨਹੀਂ ਸੀ ਤੇ ਸਿੰਘ ਸਾਹਿਬ ਨੇ ਕਿਹਾ ਕਿ ਤੁਹਾਡੇ ਫੌਜੀ ਪਰਕਰਮਾਂ ਵਿੱਚ ਬੂਟ ਪਾ ਕੇ ਨੰਗੇ ਸਿਰ ਫਿਰਦੇ ਰਹੇ, ਸਿਗਰਟਾਂ ਪੀਂਦੇ ਰਹੇ, ਪਵਿੱਤਰ ਸਰੋਵਰ ਦੇ ਜਲ ਨਾਲ ਕੱਪੜੇ ਧੋਂਦੇ ਰਹੇ, ਤੁਹਾਡੀ ਫੌਜ ਨੇ ਮੁਗਲਾਂ ਤੋਂ ਵੱਧ ਜ਼ੁਲਮ ਕੀਤੇ ਨੇ, ਤੁਹਾਡੇ ਕੋਲ ਸਹੀ ਰਿਪੋਰਟਾਂ ਨਹੀਂ ਪੁੱਜਦੀਆਂ ਤੇ ਉਹਨਾਂ ਇਹ ਵੀ ਕਿਹਾ ਕਿ ਜੇ ਵਿਦੇਸ਼ੀ ਫੌਜ ਹੁੰਦੀ ਤਾਂ ਸ਼ਾਇਦ ਸਾਨੂੰ ਇੰਨਾ ਦੁੱਖ ਨਾ ਹੁੰਦਾ, ਅਸੀਂ ਇਸ ਦੇਸ਼ ਦੇ ਵਾਸੀ ਹਾਂ, ਇਹੀ ਸਾਡੀ ਆਪਣੀ ਫੌਜ ਹੈ ਤੇ ਸਿੱਖ ਕੌਮ ਨੇ ਹਮੇਸ਼ਾ ਹੀ ਦੇਸ਼ ਦੀ ਆਜ਼ਾਦੀ ਲਈ ਤੇ ਪਿੱਛੋਂ ਇਸ ਨੂੰ ਕਾਇਮ ਰੱਖਣ ਲਈ ਮਹਾਨ ਕੁਰਬਾਨੀਆਂ ਕੀਤੀਆਂ ਨੇ, ਪਰ ਤੁਸੀਂ ਇਸ ਬਹਾਦਰ ਸਿੱਖ ਕੌਮ ਨਾਲ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਸਲੂਕ ਕੀਤਾ ਹੈ। ਜਿਹੜੀ ਕੌਮ ਹਮੇਸ਼ਾ ਦੇਸ਼ ਭਗਤ ਤੇ ਵਫ਼ਾਦਾਰ ਰਹੀ ਹੈ ਉਸ ਨਾਲ ਇੰਨਾ ਮਾੜਾ ਸਲੂਕ ਕੀਤਾ ਕਿ ਸਾਰੀ ਕੌਮ ਦੇ ਹਿਰਦੇ ਛਲਣੀ ਹੋ ਗਏ ਨੇ ਤੇ ਇਹ ਸਭ ਸੁਣ ਕੇ ਇੰਦਰਾ ਗਾਂਧੀ ਕਹਿਣ ਲੱਗੀ ਅਬ ਕਿਆ ਹੋ ਸਕਦਾ ਹੈ। ਤਾਂ ਸਿੰਘ ਸਾਹਿਬ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਚੋਂ ਫੌਜ ਨੂੰ ਤੁਰੰਤ ਬਾਹਰ ਭੇਜ ਦਿਓ। ਤਾਂ ਉਸਨੇ ਕਿਹਾ ਅਜਿਹੇ ਤੋਂ ਮੁਸ਼ਕਲ ਹੋਗਾ, ਜਰਨੈਲ ਨਹੀਂ ਮਾਨਤੇ, ਤੇ ਉਸਨੇ ਕਿਹਾ ਕਿ ਮੈਨੂੰ ਜਰਨੈਲਾਂ ਨਾਲ ਗੱਲ ਕਰ ਲੈਣ ਦਿਓ, ਮੈਨੂੰ
ਮੈਨੂੰ 2 ਕੁ ਦਿਨ ਹੋਰ ਦਿਓ। ਤੇ ਇਹ ਐਕਸ਼ਨ ਤੋਂ ਬਾਅਦ ਸਿੰਘ ਸਾਹਿਬ ਨੇ ਫੈਸਲਾ ਕੀਤਾ ਸੀ ਕਿ ਸ੍ਰੀ ਦਰਬਾਰ ਸਾਹਿਬ ਵੱਲੋਂ ਕਿਸੇ ਨੂੰ ਵੀ ਸਰੋਪਾ ਨਾ ਦਿੱਤਾ ਜਾਵੇ। ਤੇ ਇਸੇ ਕਰਕੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਕੇਂਦਰੀ ਮੰਤਰੀ ਸ੍ਰੀ ਬੂਟਾ ਸਿੰਘ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਰੋਪਾ ਨਹੀਂ ਪਾਇਆ ਗਿਆ। ਹੋਰ ਤਾਂ ਕਿਸੇ ਨੂੰ ਕੀ ਪਾਉਣਾ ਸੀ। ਸੋ ਸਾਡੇ ਗੁਰੂ ਘਰਾਂ ਵਿੱਚ ਕਿਸੇ ਨੂੰ ਸਰੋਪਾ ਪਾਉਣਾ ਬਹੁਤ ਮਾਣ ਤੇ ਸਤਿਕਾਰ ਵਾਲੀ ਗੱਲ ਹੁੰਦੀ ਹੈ, ਪਰ ਉਸ ਸਮੇਂ ਪ੍ਰਧਾਨ ਮੰਤਰੀ ਨੂੰ ਮੌਕੇ ਤੇ ਸਭ ਕੁਝ ਦਿਖਾਇਆ ਗਿਆ ਤੇ ਚੰਗੀ ਤਰ੍ਹਾਂ ਅਹਿਸਾਸ ਵੀ ਕਰਾਇਆ ਗਿਆ। ਤੇ ਜਦੋਂ ਪ੍ਰਧਾਨ ਮੰਤਰੀ ਨੇ ਇਹ ਸਾਰਾ ਹਾਲ ਦੇਖਿਆ ਤਾਂ ਉਸ ਨੂੰ ਇਹ ਡਰ ਸੀ ਕਿ ਜਦੋਂ ਸੰਗਤਾਂ ਇੱਥੇ ਆਉਣਗੀਆਂ ਤਾਂ ਇਹ ਸਾਰਾ ਹਾਲ ਦੇਖ ਕੇ ਸੰਗਤਾਂ ਦੇ ਅੰਦਰ ਸਰਕਾਰ ਲਈ ਬਹੁਤ ਨਫ਼ਰਤ ਪੈਦਾ ਹੋ ਸਕਦੀ ਹੈ। ਸੋ ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ। ਸਰਕਾਰ ਨੂੰ ਇਹ ਡਰ ਸੀ ਕਿ ਹੋ ਸਕਦਾ ਹੈ ਧਾਰਮਿਕ ਸਥਾਨਾਂ ਦਾ ਇਹ ਦਿਲ ਦਿਖਾਊ ਦ੍ਰਿਸ਼ ਦੇਖ ਕੇ ਆਮ ਸੰਗਤਾਂ ਦੇ ਧਾਰਮਿਕ ਜਜ਼ਬਾਤ ਭੜਕ ਪੈਣਗੇ ਤੇ ਸਾਰੀ ਕੌਮ ਸਰਕਾਰ ਤੋਂ ਬਾਗੀ ਨਾ ਹੋ ਜਾਵੇ ਤੇ ਜਿਸ ਤੋਂ ਬਾਅਦ ਇਹ ਸਾਰੀ ਸਥਿਤੀ ਨੂੰ ਸੰਭਾਲਣ ਲਈ ਸਰਕਾਰ ਲਈ ਮੁਸ਼ਕਲ ਹੋ ਜਾਵੇ। ਸੋ ਇਸ ਕਰਕੇ ਉਹ ਚਾਹੁੰਦੀ ਸੀ ਕਿ ਛੇਤੀ ਤੋਂ ਛੇਤੀ ਥੋੜੇ ਤੋਂ ਥੋੜੇ ਸਮੇਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁਰੰਮਤ ਕੀਤੀ ਜਾਵੇ। ਤੇ ਇੱਕ ਹੋਰ ਖ਼ਬਰ ਨੇ ਸਰਕਾਰ ਨੂੰ ਬਹੁਤ ਡਰਾਇਆ। ਉਹ ਇਹ ਸੀ ਕਿ ਬਹੁਤ ਸਾਰੇ ਲੋਕਾਂ ਵੱਲੋਂ ਬਾਹਰੋਂ ਪੱਤਰਾਂ ਰਾਹੀਂ ਸੁਝਾਅ ਦਿੱਤੇ ਗਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅੱਧ ਢਹੀ ਇਮਾਰਤ ਨੂੰ ਮੁਰੰਮਤ ਨਾ ਕੀਤਾ ਜਾਵੇ ਤੇ ਨਾ ਹੀ ਪੁਰਾਣੀ ਇਮਾਰਤ ਢਾ ਕੇ ਇਸ ਦੀ ਥਾਂ ਨਵੀਂ ਇਮਾਰਤ ਦੀ ਉਸਾਰੀ ਕੀਤੀ ਜਾਵੇ, ਸਗੋਂ ਇਹੀ ਰੂਪ ਵਿੱਚ ਇਸ ਨੂੰ ਰਿਜ਼ਰਵ ਕਰਕੇ ਰੱਖ ਲਿਆ ਜਾਵੇ। ਸੋ ਬਾਹਰੋਂ ਲੋਕਾਂ ਨੇ ਪੱਤਰਾਂ ਰਾਹੀਂ ਸੁਝਾਅ ਪੇਸ਼ ਕੀਤੇ ਕਿ ਵਿਦੇਸ਼ਾਂ ਵਿੱਚ ਦੂਜੀ ਵੱਡੀ ਜੰਗ ਪਿੱਛੋਂ ਇੰਗਲੈਂਡ ਤੇ ਹੋਰ ਥਾਵਾਂ ਨੇ ਬੰਬਾਰੀ ਕਾਰਨ ਬਰਬਾਦ ਹੋਏ ਗਿਰਜਿਆਂ ਨੂੰ ਜਿਉਂਦਾ ਤਿਉਂ ਹੀ ਸੰਭਾਲ ਕੇ ਰੱਖਿਆ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਹ ਨੁਕਸਾਨ ਵੇਖ ਸਕਣ ਤੇ ਨੇੜੇ ਤੋਂ ਜੁੜ ਸਕਣ। ਤੁਸੀਂ ਸ਼ਾਇਦ ਕੁਵੈਂਟਰੀ ਦਾ ਗਿਰਜਾ ਆਪਣੀ ਇੰਗਲੈਂਡ ਦੀ ਯਾਤਰਾ ਵਿੱਚ ਵੇਖਿਆ ਹੋਣਾ ਹੈ। ਸੋ ਉਹਨਾਂ ਨੇ ਪੁਰਾਣਾ ਢਿਹਾ ਹੋਇਆ ਗਿਰਜਾ ਉਸੇ ਤਰ੍ਹਾਂ ਰਹਿਣ ਦਿੱਤਾ ਤੇ ਨਵਾਂ ਵੱਖਰਾ ਉਸਾਰਿਆ ਗਿਆ ਤੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਜੋ ਸਾਡਾ ਇਹ ਨੁਕਸਾਨ ਹੋਇਆ ਹੈ, ਅਪਮਾਨ ਹੋਇਆ ਹੈ, ਇਹ ਸਾਡੇ ਆਉਣ ਵਾਲੇ ਬੱਚੇ ਤੇ ਬੱਚੀਆਂ ਵੇਖ ਸਕਣ ਤਾਂ ਜੋ ਉਹ ਇਸ ਨਿੰਦਣਯੋਗ ਕਾਰਵਾਈ ਦਾ ਅਫਸੋਸ ਕਰ ਸਕਣ, ਕਿਉਂਕਿ ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਉਹ ਸਾਰੀ ਚੀਜ਼ ਨੂੰ ਅਸਲੀਅਤ ਵਿੱਚ ਦੇਖ ਸਕਣਗੀਆਂ। ਤੇ ਉਹਨਾਂ ਦਾ ਕਹਿਣਾ ਸੀ ਕਿ ਨਵੀਂ ਇਮਾਰਤ ਨੂੰ ਅਲੱਗ ਜਗ੍ਹਾ ਤੇ ਜਾਂ ਇੱਕ ਪਾਸੇ ਉਸਾਰ ਲਿਆ ਜਾਵੇ। ਸੋ ਇੱਥੇ ਸਿੰਘ ਸਾਹਿਬ ਦੱਸਦੇ ਨੇ ਕਿ ਪਹਿਲਾਂ ਤਾਂ ਇਹ ਸੁਨੇਹੇ ਪੱਤਰਾਂ ਰਾਹੀਂ ਆਉਂਦੇ ਸੀ, ਪਰ ਬਾਅਦ ਵਿੱਚ ਕਈ ਕਾਲੇ ਸੱਜਣਾਂ ਨੇ ਅਖਬਾਰਾਂ ਵਿੱਚ ਵੀ ਭੇਜ ਦਿੱਤੇ ਤੇ ਇਸ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਤੁਸੀਂ ਛੇਤੀ ਤੋਂ ਛੇਤੀ ਘੱਟ ਤੋਂ ਘੱਟ ਸਮੇਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁਰੰਮਤ ਜਾਂ ਨਵ ਨਿਰਮਾਣ ਕਰੋ। ਜਿੰਨਾ ਸਮਾਂ ਇਹ ਸੇਵਾ ਸੰਪੂਰਨ ਨਹੀਂ ਹੁੰਦੀ ਉਹਨਾਂ ਸਮਾਂ ਪ੍ਰਬੰਧ ਲਈ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਫੌਜ ਕੰਪਲੈਕਸ ਦੇ ਅੰਦਰ ਰਹੇਗੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇਕਰ ਪੁਰਾਣੀ ਇਮਾਰਤ ਇੱਥੇ ਖੜੀ ਰਹੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸਾਡੇ ਲਈ ਬਹੁਤ ਨਫ਼ਰਤ ਪੈਦਾ ਹੋਵੇਗੀ। ਤੇ ਇਸ ਦੇ ਨਾਲ ਹੀ ਤੁਹਾਨੂੰ ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਗੱਲ ਦੱਸਦੇ ਹਾਂ। ਸਿੰਘ ਸਾਹਿਬ ਦੱਸਦੇ ਨੇ ਕਿ ਅਸੀਂ ਆਉਂਦਿਆਂ ਤੇ ਜਾਂਦਿਆਂ ਕੁਝ ਅਜਿਹੀਆਂ ਕਾਰਪੋਰੇਸ਼ਨ ਦੀਆਂ ਕੂੜਾ ਢੋਣ ਵਾਲੀਆਂ ਗੱਡੀਆਂ ਦੇਖੀਆਂ ਜਿਨ੍ਹਾਂ ਵਿੱਚ ਇਨਸਾਨੀ ਲਾਸ਼ਾਂ ਲੱਕੜਾਂ ਵਾਂਗ ਲੱਦੀਆਂ ਹੋਈਆਂ ਸੀ ਤੇ ਸਾਨੂੰ ਇਹ ਵੀ ਦੱਸਿਆ ਗਿਆ ਕਿ ਗਰਮੀ ਕਾਰਨ ਲਾਸ਼ਾਂ ਬਹੁਤ ਹੀ ਖਰਾਬ ਹੋ ਗਈਆਂ ਨੇ ਤੇ ਉਹਨਾਂ ਵਿੱਚੋਂ ਬਹੁਤ ਬਦਬੂ ਆ ਰਹੀ ਸੀ ਤੇ ਜਿਸ ਕਰਕੇ ਕਾਰਪੋਰੇਸ਼ਨ ਦੇ ਸਫਾਈ ਕਰਨ ਵਾਲੇ ਮਜ਼ਦੂਰ ਵੀ ਚੁੱਕਣ ਤੋਂ ਇਨਕਾਰ ਕਰ ਰਹੇ ਸੀ, ਪਰ ਫੌਜ ਵੱਲੋਂ ਉਹਨਾਂ ਨੂੰ ਲਾਲਚ ਦਿੱਤਾ ਗਿਆ ਤੇ ਉਹਨਾਂ ਨੂੰ 20 ਰੁਪਏ ਤੋਂ 40 ਰੁਪਏ ਤੱਕ ਦਿਹਾੜੀ ਦਿੱਤੀ ਗਈ। ਉਸ ਸਮੇਂ ਉਹਨਾਂ ਨੂੰ ਆਪਣੇ ਕੋਲੋਂ ਸ਼ਰਾਬ ਵੀ ਪਿਲਾਈ ਗਈ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਇਹ ਵੀ ਛੁੱਟੀ ਦਿੱਤੀ ਗਈ ਕਿ ਲਾਸ਼ਾਂ ਦੀਆਂ ਘੜੀਆਂ, ਸੋਨੇ ਦੇ ਕੜੇ, ਮੁੰਦਰੀਆਂ ਤੇ ਨਗਦ ਮਾਇਆ ਆਦਿ ਜੋ ਵੀ ਕੀਮਤੀ ਵਸਤੂ ਮਿਲੇ ਉਹ ਚੁੱਕਣ ਵਾਲੇ ਆਪਣੇ ਕੋਲ ਰੱਖ ਸਕਦੇ ਨੇ। ਤੇ ਇਹੀ ਕਾਰਨ ਸੀ ਕਿ ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਆਪਣੇ ਕਰੀਬੀ ਉਹਨਾਂ ਨੂੰ ਮਿਲ ਹੀ ਨਹੀਂ ਸਕੇ। ਸੋ ਇਹ ਵੀ ਉਸ ਸਮੇਂ ਦਾ ਇੱਕ ਦ੍ਰਿਸ਼ ਸੀ ਜੋ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਜੋ ਕਿ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਦੀ ਕਿਤਾਬ ਵਿੱਚੋਂ ਲਿਆ ਗਿਆ ਹੈ। ਸੋ ਬੇਸ਼ੱਕ ਉਹ ਇਮਾਰਤ ਨਹੀਂ ਰੱਖੀ ਗਈ, ਪਰ ਫਿਰ ਵੀ 37 ਸਾਲ ਹੋਣ ਤੋਂ ਬਾਅਦ ਵੀ ਇਸ ਨੂੰ ਅੱਜ ਤੱਕ ਕੋਈ ਨਹੀਂ ਭੁੱਲਿਆ, ਕਿਉਂਕਿ ਇਹ ਹਮਲੇ ਵਿੱਚ ਬਹੁਤ ਹੀ ਬੇਕਸੂਰ ਲੋਕ ਮਾਰੇ ਗਏ ਸੀ ਤੇ ਜਿਨ੍ਹਾਂ ਵਿੱਚ ਕੁਝ ਕੁ ਮਹੀਨਿਆਂ ਦੇ ਬੱਚੇ ਵੀ ਸੀ। ਤੇ ਤੁਹਾਨੂੰ ਦੱਸ ਦਈਏ ਕਿ 37 ਸਾਲਾਂ ਬਾਅਦ ਇਸ ਵਾਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਸਾਰੀ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਲੀ ਲੱਗੇ ਪਾਵਨ ਸਰੂਪ ਦੇ ਦਰਸ਼ਨ ਕਰਵਾਏ ਗਏ ਤੇ ਉਹ ਗੋਲੀ ਵੀ ਇੱਥੇ ਰੱਖੀ ਗਈ ਹੈ ਤੇ ਇਸ ਗੋਲੀ ਨਾਲ 90 ਅੰਗ ਜ਼ਖਮੀ ਹੋਏ ਸੀ। ਸੋ ਜਦੋਂ ਜੂਨ 1984 ਦਾ ਇਹ ਹਮਲਾ ਹੋਇਆ ਸੀ ਉਦੋਂ ਇਹ ਪਾਵਨ ਸਰੂਪ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਹੋਇਆ ਸੀ ਤੇ ਉਸ ਦੌਰਾਨ ਹੀ ਹੋ ਰਹੀ ਗੋਲੀਬਾਰੀ ਵਿੱਚੋਂ ਇੱਕ ਗੋਲੀ ਆ ਕੇ ਇਸ ਪਾਵਨ ਸਰੂਪ ਵਿੱਚ ਲੱਗੀ ਸੀ। ਸੋ ਬੇਸ਼ੱਕ ਅੱਜ 37 ਸਾਲ ਹੋ ਗਏ ਨੇ, ਪਰ ਇਸ ਪਾਵਨ ਸਰੂਪ ਦੇ ਦਰਸ਼ਨ ਕਰਨ ਤੋਂ ਬਾਅਦ ਹਰ ਕੋਈ ਇੱਕ ਵਾਰ ਉਸ ਸਮੇਂ ਵਿੱਚ ਜ਼ਰੂਰ ਜਾਵੇਗਾ ਤੇ ਬਾਕੀ ਰਹੀ ਸੰਤਾਂ ਦੀ ਲਾਈਫ ਤੇ ਵੀਡੀਓ ਦੀ ਗੱਲ ਉਹ ਵੀ ਬਣਾਵਾਂਗੇ, ਪਰ ਉਸ ਲਈ ਥੋੜਾ ਟਾਈਮ ਲੱਗ ਸਕਦਾ ਹੈ ਕਿਉਂਕਿ ਉਹਨਾਂ ਦੀ ਲਾਈਫ ਦੀ ਸਟੋਰੀ ਕੋਈ ਆਮ ਇਨਸਾਨ ਦੀ ਸਟੋਰੀ ਵਰਗੀ ਨਹੀਂ ਸੀ। ਸੋ ਉਹਨਾਂ ਦੀ ਜੀਵਨੀ ਬਾਰੇ ਬਹੁਤ ਕੁਝ ਕਵਰ ਕਰਨਾ ਪਵੇਗਾ, ਸੋ ਇਸ ਕਰਕੇ ਸਮਾਂ ਲੱਗ ਸਕਦਾ ਹੈ। ਸੋ ਬਹੁਤ ਸਾਰੇ ਲੋਕਾਂ ਨੂੰ 1 ਤੋਂ ਚੱਲੇ 6 ਤੱਕ ਹਮਲੇ ਬਾਰੇ ਤਾਂ ਪਤਾ ਸੀ, ਪਰ ਇਸ ਬਾਰੇ ਨਹੀਂ ਪਤਾ ਸੀ। ਸੋ ਅਸੀਂ ਅਕਸਰ ਕਹਿੰਦੇ ਰਹਿੰਦੇ ਹਾਂ ਕਿ ਸਾਡੇ ਬੱਚਿਆਂ ਨੂੰ ਇਤਿਹਾਸ ਬਾਰੇ ਨਹੀਂ ਪਤਾ ਜਾਂ ਫਿਰ ਉਹਨਾਂ ਦੀ ਇਤਿਹਾਸ ਤੇ ਘੱਟ ਪਕੜਾ ਹੈ। ਸੋ ਇਸ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ, ਕਿਉਂਕਿ ਜ਼ਰੂਰੀ ਨਹੀਂ ਕਿ ਹਰ ਕਿਸੇ ਦਾ ਕਿਤਾਬਾਂ ਵਿੱਚ ਇੰਟਰਸਟ ਹੋਵੇ। ਸੋ ਇਸ ਕਰਕੇ ਸਾਨੂੰ ਆਪਣਾ ਇਤਿਹਾਸ ਡਿਜੀਟਲ ਟੀਵੀ ਸੀਰੀਅਲਸ ਤੇ ਮੂਵੀਜ਼ ਤੱਕ ਲੈ ਕੇ ਜਾਣਾ ਚਾਹੀਦਾ ਹੈ, ਬੇਸ਼ੱਕ ਇਹ 3D ਜਾਂ ਐਨੀਮੇਸ਼ਨ ਹੀ ਹੋਵੇ, ਤਾਂ ਜੋ ਆਉਣ ਵਾਲੀ ਜਨਰੇਸ਼ਨ ਨੂੰ ਸਮਝਣ ਤੇ ਸਮਝਾਉਣ ਲਈ ਸਾਨੂੰ ਆਸਾਨੀ ਹੋਵੇ। ਸੋ ਇਸ ਤਰ੍ਹਾਂ ਕਰਨ ਨਾਲ ਆਉਣ ਵਾਲੀ ਪੀੜ੍ਹੀ ਵਿੱਚ ਹਰ ਤਰ੍ਹਾਂ ਦੇ ਲੋਕਾਂ ਨੂੰ ਇਤਿਹਾਸ ਬਾਰੇ ਤਾਂ ਪਤਾ ਹੋਵੇਗਾ, ਬੇਸ਼ੱਕ ਉਹਨਾਂ ਦਾ ਇਤਿਹਾਸ ਵਿੱਚ ਇੰਟਰਸਟ ਹੋਵੇ ਜਾਂ ਨਾ। ਸੋ ਇੱਥੇ ਕਿਸੇ ਇੱਕ ਧਰਮ ਦੀ ਗੱਲ ਨਹੀਂ, ਇਸ ਤਰ੍ਹਾਂ ਕਰਨ ਨਾਲ ਕਿਸੇ ਵੀ ਧਰਮ ਦਾ ਪ੍ਰਚਾਰ ਕਰਨਾ ਹਰੇਕ ਕੌਮ ਲਈ ਸੌਖਾ ਹੋ ਸਕਦਾ ਹੈ। ਸੋ ਹੁਣ ਤੁਹਾਡਾ ਇਸ ਬਾਰੇ ਕੀ ਸੋਚਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਧਰਮ ਤੇ ਇਤਿਹਾਸ ਦਾ ਪ੍ਰਚਾਰ ਜ਼ਿਆਦਾ ਹੋਵੇਗਾ ਜਾਂ ਨਹੀਂ? ਸੋ ਕਮੈਂਟਾਂ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਦਿਓ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ।